ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਬੁੱਕ ਕਾਵ ਲੈਰਾਂ ਦੇ ਵਿੱਚੋਂ ਕਵਤਾ ਕਰਨੀ ਹੈ ਹੁਣ ਮਾਂ ਤਾਂ ਇਹ ਜਿਹੜੀ ਕਵਤਾ ਹੈ ਉਹ ਸੁਖਵਿੰਦਰ ਅਮਰਤ ਦੀ ਰਚਨਾ ਹੈ ਤਾਂ ਜਿਹੜੇ ਸੁਖਵਿੰਦਰ ਅਮਰਤ ਨੇ ਉਹ ਅਜਿਹੀ ਆਧੁਨਿਕ ਪੰਜਾਬੀ ਕਵਿਤਰੀ ਹੋਈ ਹੈ ਜਿਸ ਨੇ ਇੱਕ ਔਰਤ ਦੇ ਦਰਦ ਨੂੰ ਬੜੀ ਹੀ ਵਧੀਆ तरीके ਦੇ ਨਾਲ ਔਰਤੀ ਤਰਾਸਦੀ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਇੱਕ ਮਰਦ ਪ੍ਰਾਧਾਨ ਸਮਾਜ ਦੇ ਵਿੱਚ ਔਰਤ ਦੇ ਨਾਲ ਵਧੇਕੀਆਂ ਹੁੰਦੀਆਂ ਨੇ ਤੇ ਉਸ ਦੇ ਜਿਹੜੇ ਸੁਪਨੇ ਨੇ ਉਹ ਅਧੂਰੇ ਰਹਿ ਜਾਂਦੇ ਨੇ ਤਾਂ ਇੱਕ ਮਰਦ ਜਿਹੜਾ ਉਸ ਨੂੰ ਇਨਸਾਨ ਨਾ ਸਮਝ ਕੇ ਇੱਕ ਵਸਤੂ ਸਮਝਦਾ ਹੈ ਤੇ ਉਸ ਦੇ ਉੱਤੇ ਆਪਣੀ ਧਾਕ ਹੈ ਜਿਹੜੀ ਉਹ ساری ਜ਼ਿੰਦਗੀ ਜਮਾ ਕੇ ਰੱਖਦਾ ਹੈ ਤਾਂ ਇਸ ਤਰ੍ਹਾਂ ਦਾ ਜਿਹੜਾ ਦਰਦ ਹੈ ਉਹ ਇਸਨੇ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ ਤਾਂ ਕਵਿਤਾ ਹੈ ਹੁਣ ਮਾਂ ਬੁੱਢੀ ਹੋ ਗਈ ਹੈ ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਨ ਅੱਖਾਂ ਤਾਂ ਜਿਹੜੀ ਕਵਿਤਰੀ ਹੈ ਉਹ ਕਵਤਾ ਦੇ ਵਿੱਚ ਇੱਕ ਮਾਂ ਨੂੰ ਮਾਂ ਦੇ ਦਰਦ ਨੂੰ ਜਿਹੜਾ ਬਿਆਨ ਹੈ ਉਹ ਕਰ ਰਹੀ ਹੈ ਕਿ ਹੁਣ ਮੇਰੀ ਮਾਂ ਹੈ ਜਿਹੜੀ ਉਹ ਬੁੱਢੀ ਹੋ ਗਈ ਹੈ ਉਸ ਨੇ ਆਪਣੀਆਂ ਅੱਖਾਂ ਨੇ ਜਿਹੜੀਆਂ ਉਹ ਐਨਕ ਦੇ ਮੋٹے ਸ਼ੀਸ਼ੇ ਪਿੱਛੇ ਲੁਕਾ ਲਈਆਂ ਨੇ ਜੋ ਉਸ ਦੇ ਸੁਪਨੇ ਸੀਗੇ ਉਹ ਅਧੂਰੇ ਰਹਿ ਗਏ ਉਹ ਪੂਰੇ ਨਹੀਂ ਹੋਏ ਪਤਾ ਨਹੀਂ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ ਸ਼ੀਸ਼ੇ ਮੂਰੇ ਖੜ ਕੇ ਲੰਮੀ ਗੁੱਤ ਗੁੰਦ ਦੀ ਮਾਂ ਮਾਂ ਦਾ ਸਨੇਲ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ਤੇ ਚਣ-ਚਣ ਕਰਦੀਆਂ ਝਾਂਜਰਾ ਤਾਂ ਜਿਹੜੀ ਕਵਿਤਰੀ ਹੈ ਉਹ ਕਹਿ ਰਹੀ ਹੈ ਕਿ ਅੱਜ ਮੈਨੂੰ ਮੇਰੀ ਮਾਂ ਦੀ ਯਾਦ ਆ ਰਹੀ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਰੱਖਦੀ ਸੀ ਸ਼ਿੱਸ਼ੇ ਮੂਰੇ ਖੜ ਕੇ ਲੰਮੀ ਗੁੱਤ ਕਰਦੀ ਸੀ ਤੇ ਛਨੀਲ ਦੇ ਸੂਟ ਪਾਉਂਦੀ ਸੀ ਤੇ ਤਿੱਲੇ ਵਾਲੀ ਸੋਹਣੀ ਜੋਤੀ ਤੇ ਛਣਛਣ ਕਰਦੀਆਂ ਝਾਂਜਰਾ ਪਾਉਂਦੀ ਸੀ ਯਾਦ ਆ ਰਹੀ ਹੈ ਸ਼ਰਾਬੀ ਪਿਓ ਦਾ ਲਲਕਾਰਿਆਂ ਤੋਂ ਸਹਿਮੀ ਮਲੂਕ ਜਹੀ ਮਾਂ ਕਿ ਕਿਸ ਤਰ੍ਹਾਂ ਜਿਹੜਾ ਮੇਰਾ ਬਾਪ ਹੈ ਉਸ ਨੂੰ ਲਲਕਾਰਦਾ ਸੀ ਤੇ ਉਸ ਦੇ ਸੁਪਣਿਆਂ ਨੂੰ ਕਿਸ ਤਰ੍ਹਾਂ ਅਧੂਰੇ ਛੱਡਦਾ ਸੀ ਤੇ ਸਭ ਤੋਂ ਵੱਧ yaad ਆ ਰਹੀ ਹੈ ਮਾਂ ਦੀ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਸੰਭਾਲ ਕੇ ਰੱਖਦੀ ਸੀ ਪਰ ਹੌਲੀ-ਹੌਲੀ ਵਧਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਨਹੀਂ ਤਾਂ ਕਹਿੰਦੀ ਮੈਨੂੰ ਮੇਰੀ ਮਾਂ ਦੀ ਉਹ ਗੀਤਾਂ ਵਾਲੀ ਕਾਪੀ ਯਾਦ ਆ ਰਹੀ ਹੈ ਜਿਸ ਤੇ ਉੱਤੇ ਉਹ ਆਪਣੇ ਗੀਤ ਲਿਖਦੀ ਸੀ ਪਰ ਮੇਰੇ ਬਾਪ ਦੇ ਡਰ ਕਾਰਨ ਉਹ ਆਪਣੀ ਜਿਹੜੀ ਉਹ ਕਾਪੀ ਹੈ ਉਹ ਲੁਕੋ ਕੇ ਰੱਖਦੀ ਸੀ ਤਾਂ ਕਹਿੰਦੇ ਮਾਂ ਦੀ ਕਵੀਲਦਾਰੀ ਦੀ ਚਿੰਤਾ ਹੋਰ ਉੱਚੀ ਹੋਣ ਲੱਗੀਆਂ ਪਿਓ ਦੀਆਂ ਵੜਕਾਂ ਵੇੜੇ ਵਿੱਚ ਫਿਰਦੀਆਂ ਅਣਸੱਧੀਆਂ ਪ੍ਰਾਉਣੀਆਂ ਵਰਗੀਆਂ ਧੀਆਂ ਨੂੰ ਦੇਖ-ਦੇਖ ਹੌਲੀ ਹੌਲੀ ਕਮਲਉਣ ਲੱਗੀ ਮਾਂ ਦੀ ममता ਕਿ ਕਿਸ ਤਰ੍ਹਾਂ ਜਿਹੜੀ ਮੇਰੀ ਮਾਂ ਹੈ ਉਹ ਇੱਕ ਕਵੀਲਦਾਰੀ ਦੇ ਵਿੱਚ ਕਵੀਲਦਾਰੀ ਉਸਤੇ ਉੱਪਰ ਦੀ ਸੀ ਉਸ ਨੂੰ ਕਵੀਲਦਾਰੀ ਦੀ ਚਿੰਤਾ ਸੀ ਤੇ ਇਸ ਤੋਂ ਇਲਾਵਾ ਉਸ ਨੂੰ ਮੇਰੇ ਪਿਤਾ ਦਾ ਜਿਹੜਾ ਲਲਕਾਰਾ ਹੈ ਜਾਂ ਵੜਕਾ ਹੈ ਉਸ ਤੋਂ ਉਸ ਨੂੰ ਡਰ ਲੱਗਦਾ ਸੀ ਤੇ ਉਸ ਨੂੰ ਆਪਣੀਆਂ ਜਿਹੜੀਆਂ ਧੀਆਂ ਨੇ ਉਹ ਪ੍ਰਾਣੀਆਂ ਵਰਗੀਆਂ ਲੱਗਦੀਆਂ ਸੀ ਤਾਂ ਹੌਲੀ-ਹੌਲੀ ਪਥਰੌਣ ਲੱਗੇ ਮਾਂ ਦੇ ਚਾ ਰੋਣ ਲੱਗੀ ਮਾਂ ਦੀ ਗੀਤਾਂ ਵਾਲੀ ਕਾਪੀ ਵਿਖਰ ਲੱਗੀਆਂ ਗੀਤਾਂ ਦੀਆਂ ਸਤਰਾਂ ਕਹਿੰਦੇ ਮੇਰੇ ਬਾਪ ਦੇ ਜਿਹੜੇ ਸੁਹਾਗ ਦੇ ਕਾਰਨ ਕਹਿੰਦੇ ਉਸ ਦੀਆਂ ਜਿਹੜੀਆਂ ਗੀਤਾਂ ਵਾਲੀ ਕਾਪੀ ਹੈ ਉਹ ਰੋਣ ਲੱਗੀ ਤੇ ਉਸ ਤੇ ਜਿਹੜੇ ਸੁਪਨੇ ਨੇ ਉਹ ਅਧੂਰੇ ਰਹਿ ਗਏ ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਵੀਣੀ ਚੋਂ ਕੰੱਚ ਦੀਆਂ ਵੰਗਾ ਵਿਖਰ ਗਏ ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿੱਚ ਝਾਂਜਰਾਂ ਦੇ ਬੋਰ ਮੰਗਤੀ ਨੂੰ ਦਾਣ ਕਰ ਦਿੱਤਾ ਮਾਂ ਨੇ ਮੋਤੀਆਂ ਵਾਲਾ ਸੂਟ ਕਹਿੰਦੇ ਮੇਰੇ ਜਿਹੜਾ ਮੇਰਾ ਪਿਓ ਹੈ ਉਹ ਮੇਰੀ ਮਾਂ ਦੀ ਕੁੱਟਮਾਰ ਕਰਦਾ ਸੀ ਤੇ ਕਿਸ ਤਰ੍ਹਾਂ ਮੇਰੇ ਅੜਪ ਸਹਵਾ ਦੇ ਪਿਓ ਨੇ ਮੇਰੀ ਮਾਂ ਦੀਆਂ ਜੜੀਆਂ ਚੂੜੀਆਂ ਨੇ ਉਹ ਪੰਨ ਦਿੱਤੀਆਂ ਉਹ ਤੋੜ ਦਿੱਤੀਆਂ ਤੇ ਮੇਰੀ ਮਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਦੇ ਸੁਪਨੇ ਅਧੂਰੇ ਹੋਣ ਕਾਰਨ ਉਹ ਵਿੱਚ ਹੀ ਰੁੜ ਗਈ ਤੇ ਉਸ ਨੇ ਆਪਣਾ ਉਹ ਸੋਹਣਾ ਸੂਟ ਜੋ ਮੋਤੀਆਂ ਵਾਲਾ ਬੜੇ ਚਾਹ ਨਾਲ ਪਾਉਂਦੀ ਸੀ ਉਹ ਉਸ ਨੇ ਮੰਗਤੀ ਨੂੰ ਦੇ ਦਿੱਤਾ ਫਿਰ ਮੈਂ ਕਦੇ ਨਹੀਂ ਤੱਕਿਆ ਮਾਂ ਨੂੰ ਸ਼ੀਸ਼ੇ ਮੂਰੇ ਖੜ ਕੇ ਕਜ਼ਲੇ ਦੀ ਧਾਰ ਪਾਉਂਦੇ ਆ ਫੇਰ ਕਦੇ ਯਾਦ ਨਹੀਂ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ ਤਾਂ ਕਹਿੰਦੇ ਉਸਨੇ ਮੇਰੀ ਮਾਂ ਨੇ ਆਪਣੇ ਸੁਪਣਿਆਂ ਨੂੰ ਮਾਰ ਲਿਆ ਤੇ ਉਸਨੇ ਮੈਂ ਉਸ ਨੂੰ ਮੁੜ ਕੇ ਕਦੇ ਉਸ ਸ਼ੀਸ਼ੇ ਅੱਗੇ ਖੜ ਕੇ ਸ਼ਿਕਾਇਤੇ ਲਾਉਂਦੀ ਨੂੰ ਨਹੀਂ ਦੇਖਿਆ ਤੇ ਉਸਨੇ ਆਪਣੀ ਇਹ ਜਿਹੜੀ ਗੀਤਾਂ ਵਾਲੀ ਕਾਪੀ ਹੈ ਉਹ ਵੀ ਉਸਨੇ ਆਪਣੇ ਸੁਪਣਿਆਂ ਨੂੰ ਅਧੂਰੇ ਕਰਦੇ ਹੋਏ ਪਰਾਂ ਰੱਖ ਦਿੱਤੀ ਹੁਣ ਮਾਂ ਬੇੜੇ ਵਿੱਚ ਮੰਝੇ ਤੇ ਬੈਠੀ ਡੋਰ ਫੋਰ ਝਾਕਦੀ ਰਹਿੰਦੀ ਐ ਸੁੰਨੇ ਦਰਵਾਜ਼ੇ ਵੱਲ ਆਸ ਕਰਦੀ ਐ ਕਿ ਉਸਦੀ ਕੋਈ ਧੀ ਸਹੁਰਿਆਂ ਤੋਂ ਆਵੇ ਆ ਕੇ ਉਸਦੇ ਗਲ ਆ ਕੇ ਉਸਦੇ ਗਲ ਨੂੰ ਲਿਫਟ ਜਾਵੇ ਉਸਦੇ ਅਥਰੂ ਪੂੰਝੇ ਤੇ ਉਸਦੀਆਂ ਜ਼ਖਮਾਂ ਤੇ ਦਲਾਸੇ ਦੀ ਮੱਲ ਮਲਾਵੇ ਜਿੰਨਾ ਤੇ ਅਜੇ ਅੰਗੂਰ ਨਹੀਂ ਆਇਆ ਕਹਿੰਦੇ ਹੁਣ ਮੇਰੀ ਮਾਂ ਹੈ ਜਿਹੜੀ ਉਹ ਮੰਝੇ ਦੇ ਉੱਤੇ ਬੈਠੀ ਆਪਣੀ ਧੀਆ ਦੀ ਜਿਹੜੀ ਉਡੀਕ ਕਰ ਰਹੀ ਹੈ ਕਿ ਉਹ ਆਉਣ ਤੇ ਉਹਨਾਂ ਨੂੰ ਉਹ ਗਲੇ ਲੱਗ ਕੇ ਮਿਲੇ ਤੇ ਉਸ ਦੇ ਆ ਕੇ ਹੰਝੂਆਂ ਨੂੰ ਪੂੰਝਣ ਉਹ ਤੇ ਉਸ ਦੇ ਜਿਹੜੇ ਮੱਲਮ ਨੇ ਜਿਹੜੇ ਹਜੇ ਅੱਲੇ ਨੇ ਉਹਨਾਂ ਤੇ ਆ ਕੇ ਉਹ ਜਿਹੜੇ ਉਸ ਤੇ ਜਿਹੜੇ ਜ਼ਖਮ ਨੇ ਉਹ ਅੱਲੇ ਨੇ ਉਹਨਾਂ ਤੇ ਆ ਕੇ ਉਹ ਮੱਲਮ ਇਹ ਜਿਹੜੀ ਉਹ ਲਾ ਦੇਣ ਪਰ ਨਹੀਂ ਜੇ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵਕ ਨਹੀਂ ਹੋਣਾ ਨਹੀਂ ਉਸ ਨੂੰ ਘੁੱਟ ਕੇ ਮਿਲਦਾ ਨਹੀਂ ਉਸ ਤੇ ਗਲ ਲਾ ਕੇ ਰੋਣਾ ਨਹੀਂ ਕਰਨੀ ਪਰ ਕਹਿੰਦੇ ਵੀ ਨਾ ਨਹੀਂ ਮੈਂ ਆਪਣੀ ਮਾਂ ਦੇ ਗਲ ਲਾ ਕੇ ਨਹੀਂ ਰੋਣਾ ਮੈਂ ਉਸ ਨੂੰ ਘੁੱਟ ਕੇ ਨਹੀਂ ਉਸ ਤੇ ਗਲ ਲਾ ਕੇ ਰੋਣਾ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਣਿਆਂ ਨੂੰ ਟੁੱਟਣੋਂ ਨਾ ਬਚਾ ਸਕੇ ਕਹਿੰਦੇ ਉਸ ਉਹ ਕਮਜ਼ੋਰ ਔਰਤ ਹੈ ਜਿਸ ਨੇ ਮੇਰੇ ਪਿਤਾ ਦਾ ਜਿਹੜਾ ਮੁਕਾਬਲਾ ਹੈ ਉਸ ਨੇ ਨਹੀਂ ਕੀਤਾ ਤਾ ਕਹਿੰਦੇ ਉਸ ਨੇ ਆਪਣੇ ਸੁਪਣਿਆਂ ਨੂੰ ਵਿਚਾਰੋਂ ਤੋੜ ਲਿਆ ਆਪਣੇ ਜਿਹੜੇ ਸੁਪਨੇ ਨੇ ਉਹ ਅਧੂਰੇ ਰੱਖ ਲਏ ਹੱਸ ਕੇ ਨਾ ਹੰਡਾ ਸਕੀ ਜੇ ਜੋ ਆਪਣੀ ਜਵਾਨੀ ਨੂੰ ਹੱਸ ਕੇ ਨਾ ਹੰਡਾ ਸਕੀ ਜਿਸ ਦੀ ਲੰਮੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਪੁੱਟੀ ਪਰ ਕਹ ਉਹ ਕਹਿੰਦੀ ਆਪਣੀ ਜਵਾਨੀ ਹੈ ਜਿਹੜੀ ਮੇਰੀ ਮਾਂ ਉਹ ਹੱਸ ਕੇ ਨਹੀਂ ਲੰਗਾ ਸਕੀ ਉਸ ਨੂੰ ਮੇਰਾ ਪਿਓ ਹੈ ਜਿਹੜਾ ਉਹ ਕੁੱਟਦਾ ਮਾਰਦਾ ਰਹਿੰਦਾ ਸੀ سینੇ ਵਿੱਚ ਤੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਰ ਕੁੰਡੇ ਵਿੱਚ ਛਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਚਿੱਸਤੇ ਹੋਠਾਂ ਤੇ ਕਦੇ ਵੀ ਦਿਲ ਦਾ ਆਵਾਜ਼ ਨਾ ਆਈ ਕਹਿੰਦੇ ਜਿਹੜੀ ਮੇਰੀ ਮਾਤਾ ਹੈ ਉਹ ਚੁੱਪ ਚਾਪੇ ਸਭ ਕੁਝ ਬਰਦਾਸ਼ਤ ਕਰਦੀ ਰਹੀ ਮੇਰਾ ਪਿਓ ਹੈ ਜਿਹੜਾ ਉਸ ਨੂੰ ਕੁੱਟਮਾਰ ਕਰਦਾ ਰਿਹਾ ਪਰ ਉਸ ਨੇ ਆਪਣਾ ਜਿਹੜਾ ਦੁੱਖ ਹੈ ਆਪਣੇ ਦਿਲ ਦੇ ਵਿੱਚ ਹੀ ਲੁਕਾ ਕੇ ਰੱਖਿਆ ਜਿਸ ਨੇ ਆਪਣੇ ਮਨਪਸੰਦ ਗੀਤ ਦੀ ਇੱਕ ਵੀ ਸਤਰ ਨਾ ਗਾਈ ਕਹਿੰਦੇ ਉਸ ਨੇ ਉਸ ਦੁੱਖ ਦੇ ਵਿੱਚ ਉਸ ਨੇ ਦੁੱਖ ਦੇ ਵਿੱਚ ਕਹਿੰਦੇ ਗੀਤ ਨੇ ਜਿਹੜੇ ਉਹ ਲਿਖੇ ਹੋਣਗੇ ਪਰ ਉਹਨਾਂ ਦੀ ਇੱਕ ਵੀ ਟੁਕ ਹੈ ਜੋ ਨਹੀਂ ਗਾਈ ਸਗੋਂ ਆਪਣੇ ਗੀਤਾਂ ਨੂੰ ਬਿਣਾ ਗਾਏ ਹੀ ਆਪਣੇ ਸੁਪਨੇ ਆ ਨੂੰ ਮਾਰ ਲਿਆ ਨਹੀਂ ਮੈਂ ਭਾਵਕ ਨਹੀਂ ਹੋਣਾ ਮੈਂ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦ ਨਹੀਂ ਉਹ ਜਿਹੜੀ ਕਵਿਤਰੀ ਹੈ ਉਹ ਕਹਿ ਰਹੀ ਹੈ ਕਹਿੰਦੀ ਨਹੀਂ ਮੇਰੀ ਮਾਂ ਹੈ ਜਿਹੜੀ ਇੱਕ ਕਮਜ਼ੋਰ ਔਰਤ ਸੀ ਜਿਸਨੇ ਕੀ ਹੈ ਸਮਾਜ ਦੇ ਉਸਦੇ ਪਤੀ ਨੇ ਉਸਦੇ ਉੱਤੇ ਜ਼ੁਲਮ ਕੀਤੇ ਉਸਨੇ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ ਉਹ ਚੁੱਪਚਾਪ ਜਿਹੜਾ ਜ਼ੁਲਮ ਹੈ ਉਹ ਸਹਿਣ ਕਰੀ ਗਈ ਪਰ ਕਹਿੰਦੇ ਵੀ ਨਹੀਂ ਮੈਂ ਉਸ ਕਮਜ਼ੋਰ ਔਰਤ ਦੇ ਹੰਝੂਆਂ ਨੂੰ ਪੁੰਜਣ ਨਹੀਂ ਜਾਣਾ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਕਹਿੰਦੇ ਵੀ ਹਾਂ ਵਿਸ਼ਾਇਦ ਮੈਂ ਆਪਣੀ ਮਾਂ ਦੇ ਜਿਹੜੀ ਸਿੱਖਿਆ ਹੈ ਉਸ ਤੋਂ ਹੀ ਸਿੱਖ ਲਿਆ ਹੈ ਕਿ ਜਿਹੜਾ ਕਾਇਰ ਹੋਣਾ ਗੁਨਾਹ ਹੈ ਸਾਨੂੰ ਜੇ ਅਸੀਂ ਜ਼ੁਲਮ ਨੂੰ ਦੇਖ ਕੇ ਉਸ ਤੋਂ ਦਵ ਗਏ ਤਾਂ ਜ਼ੁਲਮ ਹੈ ਜਿਹੜਾ ਉਹ ਸਾਡੇ ਤੇ ਹੋਰ ਵੱਜ ਜਾਂਦਾ ਹੈ ਸਾਨੂੰ ਕਾਇਰ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਗੁਨਾਹ ਹੈ ਆਪਣੀਆਂ ਹੁਸੈਨ ਸਾਦਰਾਂ ਤੇ ਹੁਸੈਨ ਗੀਤਾ ਨੂੰ ਭੁੱਲ ਜਾਣਾ ਮਹਿਜ਼ ਰੋਟੀ ਦੇ ਟੁਕੜਿਆਂ ਖਾਤਰ ਹੀਰੇ ਜਿੰਦ ਦਾ ਤੁਰਲ ਜਾਣਾ ਕਹਿੰਦੇ ਸਾਰਾ ਕੁਝ ਕੀ ਹੈ ਗੁਨਾਹ ਕਿਸੇ ਦੇ ਕਾਰਨ ਆਪਣੇ ਸੁਪਨਿਆਂ ਨੂੰ ਮਾਰ ਦੇਣਾ ਇੱਕ ਰੋਟੀ ਦੇ ਖਾਤਰ ਆਪਣੀ ਜਿਹੜੀ ਜਿੰਦ ਹੈ ਉਸ ਨੂੰ ਬੇਕਾਰ ਕਰ ਦੇਣਾ ਆਪਣੀ ਜਵਾਨੀ ਰੋਲ ਦੇਣਾ ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀਣ ਹੱਥਾਂ ਵਿੱਚ ਵਿਖਰ ਜਾਣ ਦੇਣਾ ਕਹਿੰਦੇ ਸਾਰਾ ਕੁਝ ਕੀ ਹੈ ਗੁਨਾਹ ਹੈ ਕਿ ਆਪਣੀ ਜਿਹੜੀ ਉਸਨੇ ਆਪਣੀ ਸਾਰੀ ਜਵਾਨੀ ਇੱਕ ਜਿਹੜਾ ਪਿਆਰਹੀਨ ਮਰਦ ਸੀ ਉਸਤੇ ਅੱਗੇ ਉਸਨੇ ਆਪਣੀ ਜਵਾਨੀ ਰੋਲ ਦਿੱਤੀ ਸੰਧੂਰ ਨਾਲ ਲਿਪੜੀ ਹੋਈ ਵਰਸ਼ੂ ਨੂੰ سینੇ ਵਿੱਚ ਉਤਰਨ ਜਾਣ ਦੇਣਾ ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਦਾਇਰੇ ਵਿੱਚ ਸਿਮਟ ਜਾਣਾ ਸੂਹੀ ਫਲਕਾਰੀ ਵਿੱਚ ਲਾਸ਼ ਬਣ ਕੇ ਲੇਪਟ ਜਾਣਾ ਉਹ ਆਪਣੀ ਮਾਂ ਨੂੰ ਸੰਬੋਧਨ ਕਰਦੇ ਹੋਈ ਕਹਿ ਰਹੀ ਹੈ ਕਹਿੰਦੇ ਇਹ ਸਾਰਾ ਕੁਝ ਇੱਕ ਗੁਨਾਹ ਹੈ ਕਿ ਤੂੰ ਕਿਸ ਤਰ੍ਹਾਂ ਇੱਕ ਪਿਆਰਹੀਨ ਮਰਦ ਦੇ ਪਿੱਛੇ ਆਪਣੀ ਜਿਹੜੀ ਸਾਰੀ ਜ਼ਿੰਦਗੀ ਹੈ ਉਹ ਬਰਬਾਦ ਕਰ ਦਿੱਤੀ ਹੈ ਤੇ ਆਪਣੀ ਲਾਸ਼ ਨੂੰ ਕਹਿੰਦੀ ਤੂੰ ਉਸ ਸ਼ਾਲੂ ਦੇ ਵਿੱਚ ਲਵੇਟ ਰੱਖਿਆ ਹੈ ਤੇ ਮੇਰੀਆਂ ਆਂਦਰਾਂ ਵਿੱਚੋਂ ਮਾਂ ਦਾ ਦੁੱਧ ਉਵਾਲੇ ਖਾਣ ਲੱਗਦਾ ਮੈਂ ਤੁਰ ਪੈਂਦੀ ਹਾਂ ਜਦੋਂ ਕਹਿੰਦੇ ਮੇਰੀ ਆਂਦਰਾਂ ਦੇ ਵਿੱਚੋਂ ਮੇਰੀ ਮਾਂ ਦਾ ਦੁੱਧ ਉਵਾਲੇ ਖਾਂਣ ਲੱਗਦਾ ਹੈ ਤਾਂ ਮੈਂ ਤੁਰਨ ਲੱਗ ਜਾਨੀ ਆ ਮਾਂ ਦੇ ਵਿਹੜੇ ਵਿੱਚ ਕਲਾਵੇ ਲੈਂਦੀਆਂ ਉਸਦੀ ਕਮਲਾ ਚੁੱਕੀ ਕਾਇਆ ਪੁੰਝਦੀਆਂ ਅੱਖਾਂ ਦੇ ਟੋਇਆਂ ਚੋਂ ਡੱਬ ਡਵਾਉਂਦੇ ਹੰਝੂ ਡਾ ਭਾਲਦੀਆਂ ਉਸਦੀ ਰੂਹ ਚੋਂ ਚਿਰਾਂ ਦੇ ਗਵਾਚੇ ਗੀਤ ਤਾਂ ਕਹਿੰਦੇ ਵੀ ਮੈਂ ਜਦੋਂ ਮੇਰੀ ਮਾਂ ਦਾ ਜਿਹੜਾ ਖੂਨ ਹੈ ਮੇਰੇ ਅੰਦਰੋਂ ਉਵਾਲੇ ਖਾਂਦਾ ਹੈ ਤਾਂ ਮੈਂ ਆਪਣੀ ਮਾਂ ਦੇ ਵਿਹੜੇ ਵੱਲ ਜਾਨੀ ਆ ਤੇ ਜਾ ਕੇ ਆਪਣੀ ਮਾਂ ਦੇ ਜਿਹੜੇ ਅਥਰੂ ਨੇ ਉਹ ਪੁੰਝਦੀਆਂ ਤੇ ਡਾਲਦੀ ਹਾਂ ਉਸ ਤੇ ਚਿਰਾਂ ਦੇ ਗਵਾਚੇ ਗੀਤ ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰੂ ਆਪਣੀ ਕਾਪੀ ਤੇ ਕਹਿੰਦੇ ਜਿਹੜੀ ਮੇਰੀ ਮਾਂ ਨੇ ਗੀਤ ਨੇ ਜਿਹੜੇ ਉਹ ਆਪਣੇ ਅਧੂਰੇ ਛੱਡੇ ਸੀ ਕਹਿੰਦੇ ਮੈਂ ਉਹਨਾਂ ਗੀਤਾਂ ਨੂੰ ਨਵੇਂ ਸਿਰੇ ਤੋਂ ਆਪਣੀ ਕਾਪੀ ਤੇ ਲਿਖਣਾ ਸ਼ੁਰੂ ਕਰਦੀ ਹਾਂ ਉਹਨਾਂ ਪਿਆਰ ਹੀ ਇਹ ਪਿਆਰ ਨਾਲ ਸੁਲਗ ਸੁਲਗਦੇ ਹੋਏ ਅੰਗਾਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰਹੀਨ ਹੱਥਾਂ ਦੇ ਵਿੱਚ ਰੱਖਣਾ ਚਾਹੁੰਨੀ ਆ ਮੈਂ ਜਿਸ ਨੇ ਖੋ ਲਈ ਸੀ ਮੇਰੀ ਮਾਂ ਤੋਂ ਕੀਤਾਂ ਵਾਲੀ ਕਾਪੀ ਕਹਿੰਦੇ ਮੈਂ ਮੇਰੀ ਮਾਂ ਦੇ ਜਿਹੜੇ ਗੀਤ ਨੇ ਉਹ ਨਵੇਂ ਸਿਰੇ ਤੋਂ ਲਿਖ ਕੇ ਮੇਰੇ ਪਿਓ ਦੇ ਉਸ ਪਿਆਰਹੀਨ ਹੱਥਾਂ ਦੇ ਵਿੱਚ ਰੱਖਣਾ ਚਾਹੁੰਨੀ ਆ ਜਿਸ ਨੇ ਮੇਰੀ ਮਾਂ ਦੇ ਉੱਤੇ ਐਨੇ ਜ਼ੁਲਮ ਕੀਤੇ ਉਹ ਵਧੀਆ ਗੀਤ ਲਿਖਣਾ ਚਾਹੁੰਦੀ ਸੀ ਉਹਨਾਂ ਨੂੰ ਗਾਣਾ ਚਾਹੁੰਦੀ ਸੀ ਪੰਜ ਦੇ ਸੁਪਨੇ ਨੇ ਜਿਹੜੇ ਉਹ ਅਧੂਰੇ ਰਹਿ ਗਏ ਕਹਿੰਦੇ ਮੈਂ ਮੇਰੀ ਮਾਂ ਦੇ ਉਹਨਾਂ ਗੀਤਾਂ ਨੂੰ ਨਵੇਂ ਸਿਰੇ ਤੋਂ ਲਿਖ ਕੇ ਆਪਣੇ ਪਿਓ ਦੇ ਪਿਆਰਹੀਨ ਹੱਥਾਂ ਦੇ ਵਿੱਚ ਰੱਖਣਾ ਚਾਹੁੰਦੀ ਆ ਤੇ ਆਪਣੇ ਪਿਓ ਨੂੰ ਦੱਸਣਾ ਚਾਹੁੰਦੀ ਆ ਕਿ ਤੂੰ ਕਿਸ ਤਰ੍ਹਾਂ ਇੱਕ ਔਰਤ ਦੇ ਉੱਤੇ ਜ਼ੁਲਮ ਕੀਤੇ ਨੇ ਤੇ ਕਿਸ ਤਰ੍ਹਾਂ ਉਸ ਔਰਤ ਦੇ ਜਿਹੜੇ ਸੁਪਨੇ ਨੇ ਉਹ ਅਧੂਰੇ ਰਹਿ ਗਏ ਨੇ ਤਾਂ ਇਸ ਤਰ੍ਹਾਂ ਜਿਹੜੀ ਸੁਖਵਿੰਦਰ ਅਮਰਤ ਹੈ ਇੱਕ ਕਵਿਤਰੀ ਹੈ ਜਿਸ ਦੇ ਵਿੱਚ ਇਹ ਕਵਤਾ ਜਿਹੜੀ ਹੁਣ ਮਾਂ ਉਸਨੇ ਲਿਖੀ ਹੈ ਤਾਂ ਉਸ ਦੇ ਵਿੱਚ ਇਸਨੇ ਇੱਕ ਔਰਤ ਦੇ ਦਰਦ ਨੂੰ ਬਿਆਨ ਕੀਤਾ ਹੈ ਥੈਂਕ ਯੂ